ਗੱਲ ਹੋਈ ਤਾਂ ਮੰਦਰਾਂ 'ਚ ਨਹੀਂ ਵੱਜਣਗੀਆਂ ਘੰਟੀਆਂ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਪੁਲਵਾਮਾ ਆਤੰਕਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ 'ਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਇਹਨਾਂ ਦੋਹਾਂ ਦੇਸ਼ਾਂ ਵੱਲੋਂ ਬਿਆਨਬਾਜ਼ੀ ਜਾਰੀ ਹੈ। ਉੱਥੇ ਬੁੱਧਵਾਰ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਪ੍ਰੈਸ ਕਾਨਫਰੰਸ ਕਰ ਭਾਰਤ ਨੂੰ ਗਿੱਦੜ ਭਗਤੀ ਦਿੰਦੇ ਹੋਏ ਕਿਹਾ ਕਿ ਜੇਕਰ ਭਾਰਤ ਯੁੱਧ ਬਾਰੇ ਸੋਚ ਰਿਹਾ ਹੈ ਤਾਂ ਪਾਕਿਸਤਾਨ ਵੀ ਜਵਾਬ ਦੇਣ ਲਈ ਤਿਆਰ ਹੈ। ਉੱਥੇ ਹੀ ਹੁਣ ਪਾਕਿਸਤਾਨ ਦੇ ਇੱਕ ਹੋਰ ਮੰਤਰੀ ਨੇ ਭੜਕਾਊ ਬਿਆਨ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਭਾਰਤ ਜੰਗ ਦੀ ਗੱਲ ਕਰੇਗਾ ਤਾਂ ਪਾਕਿਸਤਾਨ ਵੀ ਜੰਗ ਲਈ ਤਿਆਰ ਹੈ। ਇਮਰਾਨ ਖਾਨ ਤੋਂ ਬਾਅਦ ਪਾਕਿਸਤਾਨ ਸਰਕਾਰ 'ਚ ਰੇਲ ਮੰਤਰੀ ਸ਼ੇਖ ਰਸ਼ੀਦ ਅਹਿਮਦ ਨੇ ਕਿਹਾ ਕਿ ਇਮਰਾਨ ਖਾਨ ਨੂੰ ਇੱਕ ਹੋਰ ਪਾਕਿਸਤਾਨੀਆਂ ਵੱਲੋਂ ਦਿੱਤਾ ਗਿਆ ਬਿਆਨ ਹੈ। ਉਹਨਾਂ ਕਿਹਾ ਕਿ ਭਾਰਤ ਜੇਕਰ ਅਮਨ ਦੀ ਗੱਲ ਕਰੇਗਾ ਤਾਂ ਅਮਨ ਦੀ ਗੱਲ ਹੋਵੇਗੀ, ਪਰ ਜੇਕਰ ਲੜਾਈ ਦੀ ਗੱਲ ਕਰੇਗਾ ਤਾਂ ਲੜਾਈ ਦੀ ਹੀ ਗੱਲ ਹੋਵੇਗੀ। ਉਹਨਾਂ ਕਿਹਾ ਕਿ ਕਸ਼ਮੀਰ ਮੁੱਦੇ ਕਾਰਨ ਦੋਨਾਂ ਦੇਸ਼ਾਂ ਵਿਚਕਾਰ ਤਣਾਅ ਬਣਿਆ ਹੋਇਆ ਹੈ। ਰੇਲ ਮੰਤਰੀ ਨੇ ਕਿਹਾ ਕਿ ਇਮਰਾਨ ਖਾਨ ਨੇ ਸਾਫ਼ ਸੰਦੇਸ਼ ਦੇ ਦਿੱਤਾ ਹੈ ਕਿ ਪਾਕਿਸਤਾਨ ਨੇ ਚੂੜੀਆਂ ਨਹੀਂ ਪਾ ਰੱਖੀਆਂ, ਸਾਡੇ ਲਈ ਪਾਕਿਸਤਾਨ ਜ਼ਿੰਦਗੀ ਹੈ, ਪਾਕਿਸਤਾਨ ਹੀ ਮੌਤ ਹੈ। ਜੇਕਰ ਕਿਸੇ ਨੇ ਪਾਕਿਸਤਾਨ ਵੱਲ ਗਲਤ ਨਜ਼ਰ ਰੱਖੀ ਤਾਂ ਉਸ ਦੀਆਂ ਅੱਖਾਂ ਕੱਢ ਲਵਾਂਗੇ। ਇਹਨਾਂ ਨੂੰ ਉਹਨਾਂ ਨੇ ਧਮਕੀ ਦਿੰਦੇ ਹੋਏ ਕਿਹਾ ਕਿ ਫਿਰ ਨਾ ਘਾਹ ਉੱਗੇਗੀ ਨਾ ਚਿੜੀਆਂ ਬੋਲਣਗੀਆਂ ਅਤੇ ਨਾ ਹੀ ਮੰਦਰਾਂ 'ਚ ਘੰਟੀਆਂ ਵੱਜਣਗੀਆਂ। ਇਮਰਾਨ ਦੇ ਮੰਤਰੀ ਇੱਥੇ ਹੀ ਨਹੀਂ ਰੁਕੇ, ਉਹਨਾਂ ਨੇ ਕਿਹਾ ਕਿ ਪਾਕਿਸਤਾਨ ਮੁਸਲਮਾਨਾਂ ਦਾ ਕਿਲਾ ਹੈ ਜਿਸ ਵੱਲ ਅੱਜ ਸਾਰੀ ਦੁਨੀਆਂ ਦੇ ਮੁਸਲਮਾਨ ਦੇਖ ਰਹੇ ਹਨ। ਇਮਰਾਨ ਖਾਨ ਨਾਲ ਪਾਕਿਸਤਾਨ ਦੀ 20 ਕਰੋੜ ਦੀ ਜਨਤਾ ਖੜੀ ਹੈ। ਅਮਨ ਹੋਵੇ ਜਾਂ ਜੰਗ, ਪੂਰਾ ਪਾਕਿਸਤਾਨ ਇਮਰਾਨ ਦੇ ਨਾਲ ਖੜਾ ਹੈ। ਬਿਊਰੋ ਰਿਪੋਰਟ, ਆਵਾਜ਼ ਏਸ਼ੀਆ।